ਕੈਂਸਰ ਦੀ ਤੀਸਰੀ ਸਟੇਜ 'ਤੇ ਨੇ ਉਹ। ਇਹਨਾਂ ਦੀ ਜਿਹੜੀ ਵਾਈਫ ਨੇ ਉਹ ਇਸ ਟਾਈਮ ਕੈਂਸਰ ਦੇ
ਲਿਹਾਜ਼ਾ ਅੱਜ ਤੋਂ ਸਾਰੇ ਇਰਾਦਾ ਕਰੀਏ ਕਿ ਜਿੱਥੇ ਕੋਈ ਇਹੋ ਜਿਹਾ ਬੰਦਾ ਹੋਏਗਾ ਉਹਨੂੰ ਜ਼ਰੂਰ ਕੰਪਨਸੇਟ ਕਰਾਂਗੇ ਔਰ ਰੈਫਰ ਕਰਾਂਗੇ ਔਰ ਅੱਛਾ ਮਸ਼ਵਰਾ ਦੇਵਾਂਗੇ। ਜੀ ਸ਼ਾਹ ਸਾਹਿਬ, ਮੈਂ ਖੁਦ ਹਾਰਟ ਪੇਸ਼ੈਂਟ ਹਾਂ, ਇਹ ਮੇਰਾ PIC ਦਾ ਕਾਰਡ ਹੈ ਔਰ ਮੈਂ ਮੇਰੇ ਮਤਲਬ ਬਹੁਤ ਜ਼ਿਆਦਾ ਮੇਰੀ ਵੀ ਹਾਲਤ ਨਹੀਂ ਠੀਕ ਹੈਗੀ, ਮੈਂ ਆਪਣੀ ਬਿਮਾਰੀ ਭੁੱਲ ਕੇ ਆਪਣੀ ਬੇਗਮ ਦੀ ਬਿਮਾਰੀ ਦਾ ਮੈਂ ਕਰ ਰਿਹਾ ਔਰ ਮੈਨੂੰ ਇੰਨੀ ਕੁ ਪਰੇਸ਼ਾਨੀ ਦਾ ਕੋਈ ਹਿਸਾਬ ਨਹੀਂ। ਹੁਣ ਡਾਕਟਰ ਕਹਿੰਦੇ ਨੇ, ਡਾਕਟਰ ਹਸਨ ਪਰਵੇਜ਼ ਸਾਹਿਬ ਨੇ, ਉਹ ਕਹਿੰਦੇ ਜਨਾਬ ਕਿ ਜੀ ਤੁਹਾਨੂੰ ਕੋਈ ਮਤਲਬ ਲੋੜ ਨਹੀਂ ਹੈਗੀ, ਨਾ ਇਹ ਜਿਹੜਾ ਕੀਮੋ ਸ਼ੀਮੋ ਇਹ ਛੋਵਾਂ ਛੋਵਾਂ ਪੁਰਾਣਾ ਤਰਜ਼ ਹੋ ਗਿਆ, ਇਹ ਇਲਾਜ ਹੋ ਗਿਆ, ਪਰ ਪਾਕਿਸਤਾਨ ਵੀ ਇਲਾਜ ਆ ਗਿਆ। ਹੁਣ 6 ਲੱਖ ਦਾ ਇੱਕ ਹਫ਼ਤੇ ਦਾ ਟੀਕਾ ਲੱਗਦਾ ਹੈ ਅਤੇ 2 ਮਹੀਨੇ ਨੂੰ ਟੀਕੇ ਲੱਗਣਗੇ 48 ਲੱਖ ਰੁਪਏ ਦੇ, ਅਤੇ ਫਿਰ ਠੀਕ ਹੋ ਜਾਣਗੇ, ਕੁਛ ਵੀ ਨਹੀਂ ਹੋਏਗਾ। ਕਿਉਂਕਿ ਸਾਡੇ ਕੋਲ ਜਿਹੜੀ ਹੁਣ ਅਸੀਂ ਮੈਡੀਸਨ ਜਾਂ ਲੇਟੈਸਟ ਇਲਾਜ ਆਇਆ ਉਹ ਟਾਰਗੇਟ ਕਰਦਾ, ਉਹ ਟਾਰਗੇਟ ਕਰਦਾ ਮਤਲਬ ਕਿ ਕੈਂਸਰ ਦੇ ਵਾਇਰਸ ਨੂੰ ਜਾ ਕੇ ਜੱਫੀ ਪਾ ਲੈਂਦਾ ਅਤੇ ਉਹਨੂੰ ਖਤਮ ਕਰ ਦਿੰਦਾ। ਮਤਲਬ ਕਿ ਜਿਨ੍ਹਾਂ ਦੇ ਬਲੱਡ 'ਚ ਕੈਂਸਰ ਹੈਗਾ ਉਹ ਵੀ ਠੀਕ ਹੋਣਾ ਸ਼ੁਰੂ ਹੋ ਗਏ ਨੇ ਉਹਦੇ ਤੋਂ, ਮਤਲਬ ਇਹ ਵੀ ਠੀਕ ਹੋ ਸਕਦੀ ਹੈ। ਪਰ ਇੰਨਾ ਇਲਾਜ ਇੰਨਾ ਪੈਸੇ ਮੈਂ ਕਿੱਥੋਂ ਲੈ ਕੇ ਆਵਾਂ? ਨਾਜ਼ਰੀਨ, ਅੱਲਾਹ ਤਾਲਾ ਇਹਨਾਂ ਵਾਸਤੇ ਆਸਾਨੀ ਵਾਲਾ ਜਿਹੜਾ ਮਾਮਲਾ ਹੈ ਉਹ ਫਰਮਾਏ ਔਰ ਦੁਨੀਆ 'ਤੇ ਕੁਛ ਵੀ ਨਾਮੁਮਕਿਨ ਨਹੀਂ, ਅੱਲਾਹ ਦੀ ਰਹਿਮਤ ਨਾਲ ਸਭ ਕੁਛ ਹੀ ਮੁਮਕਿਨ ਹੈ ਔਰ ਬਸ ਸਾਨੂੰ ਜ਼ਰਾ ਖਿਆਲ ਕਰਨਾ ਚਾਹੀਦਾ। ਇਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ, ਫਿਰ ਇਨਸ਼ਾਅੱਲਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ। ਉਦੋਂ ਤੱਕ ਇਜਾਜ਼ਤ ਦਿਓ, ਪਾਕਿਸਤਾਨ ਜ਼ਿੰਦਾਬਾਦ। ਜੇ ਤੁਹਾਨੂੰ ਸਾਡਾ ਚੈਨਲ ਅਤੇ ਸਾਡੀ ਵੀਡੀਓ ਪਸੰਦ ਆਈ ਹੈ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰ ਵਕਤ ਮਿਲਦੀਆਂ ਰਹਿਣ।